ਉੱਤੋਂ ਅੱਗ ਉੱਠੀ ਇੱਕਦਮ। ਅਤੇ ਅਸੀਂ ਘਰੋਂ ਵੇਖਣ ਡੇ ਹਾਂ ਅਤੇ ਇੱਕਦਮ ਲਾਟਾਂ ਨਿਕਲੀਆਂ ਤਾਂ ਅਸੀਂ ਚਾਰਾ ਮਾਰਿਆ ਉਹ ਭੱਜ ਆਉਣ ਦਾ ਅਤੇ ਨੇਰ ਝੱਖੜ ਜ਼ਿਆਦਾ ਕਰਕੇ ਆਉਣ ਤਾਂ ਸਾਡੀ ਇੰਤਰੀ ਪੈਂਦੀ ਆਉਣ ਦੀ। ਫਿਰ ਵੀ ਅਸੀਂ ਬੜੀ ਕੋਸ਼ਿਸ਼ ਕਰਕੇ ਆਏ ਹਾਂ, ਆ ਕੇ ਪਾਣੀ ਪੂਣੀ ਪਾਇਆ, ਅੱਗ ਬੁਝਾਈ, ਬੜੀ ਸਾਥੋਂ ਅੱਗ ਬੇਕਾਬੂ ਹੋਈ, ਸਾਡੀ ਵਾਹ ਨਹੀਂ ਗਈ, ਜਿੰਨਾ ਨੁਕਸਾਨ ਹੋਇਆ ਜੀ। ਹੁਣ ਤਾਂ ਦੱਸ ਨਹੀਂ ਸਕਦੇ, ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਸੜ ਗਈਆਂ, ਕਹਿ ਨਹੀਂ ਸਕਦੇ ਕੁਝ। ਹਾਂਜੀ ਠੀਕ ਹੈ। ਅੱਧੀ ਦਰਜਨ ਤੋਂ ਵੱਧ ਜਿਹੜਾ ਪਰਿਵਾਰ ਇਸ ਦੁੱਖ ਦੀ ਲਪੇਟ ਦੇ ਵਿੱਚ ਆਏ ਨੇ। ਦੁੱਖ ਕੀ ਹੈਗਾ ਕਿ ਅਚਾਨਕ ਰਾਤ ਤੇਜ਼ ਹਨੇਰਾ ਝੱਖੜ ਚੱਲਦਾ ਹੈ ਅਤੇ ਜਿਸ ਝੱਖੜ ਦੇ ਨਾਲ ਜਿਹੜੀ ਅੱਗ ਕਾਫੀ ਵੱਡੇ ਪੱਧਰ 'ਤੇ ਇਸ ਇਲਾਕੇ ਦੇ ਵਿੱਚ ਫੈਲਦੀ ਅਤੇ ਉਸ ਅੱਗ ਦੀ ਲਪੇਟ ਦੇ ਵਿੱਚ ਕਈ ਪਰਿਵਾਰ ਹੀ ਆ ਜਾਂਦੇ ਨੇ। ਅੱਗ ਬੇਕਾਬੂ ਹੋ ਕੇ ਇਸ ਘਰ ਨੂੰ ਆਪਣੀ ਲਪੇਟ ਦੇ ਵਿੱਚ ਲੈਂਦੀ ਹੈ ਅਤੇ ਤਕਰੀਬਨ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ। ਤਸਵੀਰਾਂ ਤੁਸੀਂ ਉਸ ਮੋਟਰਸਾਈਕਲ ਦੀਆਂ ਵੀ ਦੇਖ ਸਕਦੇ ਹੋ ਜੋ ਇਸ ਅੱਗ ਦੀ ਲਪੇਟ ਦੇ ਵਿੱਚ ਹੈ। ਉਹ ਬੇਖੌਫ ਤਸਵੀਰਾਂ ਦੇਖ ਸਕਦੇ ਹੋ ਜੋ ਇਸ ਘਰ ਦਾ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ। ਤਸਵੀਰਾਂ ਤੁਸੀਂ ਸਾਫ ਦੇਖ ਸਕਦੇ ਹੋ, ਮੰਜਿਆਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ, ਇਸ ਸਾਈਡ ਬਰਾਂਡਾ ਸੀਗਾ ਜੋ ਇਸ ਅੱਗ ਦੀ ਲਪੇਟ ਦੇ ਵਿੱਚ ਆਇਆ, ਉਸਦਾ ਕੋਈ ਵੀ ਜਿਹੜਾ ਇੱਕ ਬਾਲੇ ਤੱਕ ਦਾ ਜਿਹੜਾ ਨਾਮੋ ਨਿਸ਼ਾਨ ਨਹੀਂ ਬਚਿਆ, ਸਾਰਾ ਹੀ ਸਾਰਾ ਸੜ ਕੇ ਸਵਾਹ ਹੋ ਗਿਆ। ਬਹੁਤ ਭਿਆਨਕ ਸੀ ਵੀਰ। ਅੱਛਾ ਜੀ, ਅੱਗ ਦੇ ਕੰਟਰੋਲ ਪਾਉਣਾ ਔਖਾ ਸੀ। ਆਹ ਵੇਖ ਲਓ ਗਰੀਬ ਪਰਿਵਾਰ, ਸਾਨੂੰ ਵੇਖ ਕੇ ਰੋਣਾ ਆਉਂਦਾ। ਬਿਲਕੁਲ ਜੀ, ਦੋ ਬੱਚੇ, ਕਣਕ ਵੀ ਸੜ ਗਈ ਇਹਦੀ। ਅੱਛਾ, ਖਾਣ ਵਾਲੀ ਕਣਕ ਦਾ ਵੀ ਨੁਕਸਾਨ ਹੋ ਗਿਆ? ਉਹ ਵੇਖ ਨਹੀਂ ਦੇ ਤੁਸੀਂ? ਹਾਂਜੀ ਹਾਂਜੀ, ਭਾਂਡੇ ਵੀ ਇੱਥੇ, ਰਸੋਈ ਦਾ ਸਾਰਾ ਰਸੋਈ ਸੀਗੀ। ਬਿਲਕੁਲ ਜੀ, ਜੋ ਵੀ ਹੈਗਾ ਸੌਦੇ ਤੱਕ ਸੜ ਗਿਆ ਇਹਨਾਂ ਦਾ। ਤਿੰਨ ਹਜ਼ਾਰ ਰੁਪਇਆ ਕਿਰਾਇਆ ਤਾਰਦੇ ਆ, ਦਿਹਾੜੀਦਾਰਾਂ ਤੋਂ ਨਹੀਂ ਛੇਤੀ ਤਾਰਿਆ ਜਾਂਦਾ। ਅੱਛਾ ਜੀ, ਤਾਂ ਕਰਕੇ ਛੋਟੇ ਛੋਟੇ ਬੱਚੇ ਆ ਸਰਕਾਰੀ ਸਕੂਲ, ਅਸੀਂ ਇਹ ਕਰਦੇ ਵੀ ਸਾਡੀ ਕੋਈ ਹੈਲਪ ਕਰਨਾ। ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵੀਡੀਓ 'ਤੇ ਗੌਰ ਜ਼ਰੂਰ ਕਰਦੇ ਜਾਇਓ, ਕਿਉਂਕਿ ਜਿਹੜਾ ਅਸੀਂ ਦੁੱਖ ਜਿਹੜਾ ਪ੍ਰਗਟ ਕਰਨ ਲੱਗੇ ਹਾਂ, ਦੁੱਖ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ, ਸੋ ਉਸ ਦੁੱਖ ਦਾ ਜਿਹੜਾ ਸਹਿਯੋਗ ਜ਼ਰੂਰ ਕਰਨਾ, ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਦੇ ਜਾਣਾ, ਕਿਉਂਕਿ ਇੱਕ ਉਸ ਪਰਿਵਾਰ ਦਾ ਦੁੱਖ ਨਹੀਂ ਹੈਗਾ, ਤਕਰੀਬਨ ਅੱਧੀ ਦਰਜਨ ਤੋਂ ਵੱਧ ਜਿਹੜਾ ਪਰਿਵਾਰ ਇਸ ਦੁੱਖ ਦੀ ਲਪੇਟ ਦੇ ਵਿੱਚ ਆਏ ਨੇ। ਦੁੱਖ ਕੀ ਹੈਗਾ ਕਿ ਅਚਾਨਕ ਰਾਤ ਤੇਜ਼ ਹਨੇਰਾ ਜਿਹੜਾ ਝੱਖੜ ਚੱਲਦਾ ਹੈ ਅਤੇ ਜਿਸ ਝੱਖੜ ਦੇ ਨਾਲ ਜਿਹੜੀ ਅੱਗ ਕਾਫੀ ਵੱਡੇ ਪੱਧਰ 'ਤੇ ਇਸ ਇਲਾਕੇ ਦੇ ਵਿੱਚ ਫੈਲਦੀ ਅਤੇ ਉਸ ਅੱਗ ਦੀ ਲਪੇਟ ਦੇ ਵਿੱਚ ਕਈ ਪਰਿਵਾਰ ਹੀ ਆ ਜਾਂਦੇ ਨੇ। ਤਕਰੀਬਨ ਇਹ ਜਿਹੜੇ ਪਰਿਵਾਰ ਹੈਗੇ ਨੇ ਢਾਣੀਆਂ 'ਤੇ ਬੈਠੇ ਹੋਏ ਨੇ, ਪਰ ਫਿਰ ਵੀ ਜਿਹੜਾ ਅੱਗ ਬੇਕਾਬੂ ਹੋ ਕੇ ਇਹਨਾਂ ਢਾਣੀਆਂ ਤੱਕ ਪਹੁੰਚਦੀ ਅਤੇ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ। ਸੋ ਨੁਕਸਾਨ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਹਾਂ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਦੇਣ। ਇੱਕ ਵਾਰ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੱਗ ਬੇਕਾਬੂ ਹੋ ਕੇ ਇਸ ਘਰ ਨੂੰ ਆਪਣੀ ਲਪੇਟ ਦੇ ਵਿੱਚ ਲੈਂਦੀ ਹੈ ਅਤੇ ਤਕਰੀਬਨ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ। ਤਸਵੀਰਾਂ ਤੁਸੀਂ ਉਸ ਮੋਟਰਸਾਈਕਲ ਦੀਆਂ ਵੀ ਦੇਖ ਸਕਦੇ ਹੋ ਜੋ ਇਸ ਅੱਗ ਦੀ ਲਪੇਟ ਦੇ ਵਿੱਚ ਆਇਆ। ਬੇਸ਼ੱਕ ਇਸ ਮੋਟਰਸਾਈਕਲ ਨੂੰ ਕੁਛ ਹੀ ਮਿੰਟਾਂ ਦੇ ਵਿੱਚ ਬਾਹਰ ਕੱਢ ਲਿਆ ਗਿਆ, ਪਰ ਫਿਰ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਹਰਨੇਕ ਜੀ ਨੂੰ ਮੈਂ ਕਹੂੰਗਾ ਕਿ ਉਹ ਇੱਕ ਵਾਰ ਤਸਵੀਰਾਂ ਬੋਰ ਦੀਆਂ ਜ਼ਰੂਰ ਸਾਂਝੀਆਂ ਕਰ ਦੇਣ। ਤੁਸੀਂ ਬਾਹਰ ਮੱਛੀ ਬੋਰ ਦੇਖ ਰਹੇ ਹੋ, ਉਸ ਬੋਰ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ। ਬੇਸ਼ੱਕ ਕਿਸੇ ਨਾ ਕਿਸੇ ਤਰ੍ਹਾਂ ਅੱਗ 'ਤੇ ਕੰਟਰੋਲ ਕੀਤਾ ਗਿਆ ਹੈ, ਕਿਉਂਕਿ ਕੰਟਰੋਲ ਵੀ ਬੇਵੱਸ ਸੀਗੇ ਲੋਕ ਇੱਥੋਂ ਦੇ, ਕਿਉਂਕਿ ਕਾਫੀ ਵੱਡੇ ਪੱਧਰ 'ਤੇ ਤੇਜ਼ ਹਨੇਰਾ ਝੱਖੜ ਚੱਲ ਰਿਹਾ ਸੀਗਾ। ਉਸ ਹਨੇਰ ਝੱਖੜ ਦੇ ਵਿੱਚ ਲੋਕਾਂ ਨੂੰ ਘੱਟੇ ਦੇ ਮਿੱਟੀ ਦੇ ਵਿੱਚ ਕੁਛ ਦਿਖਾਈ ਨਹੀਂ ਦੇ ਰਿਹਾ ਸੀਗਾ, ਪਰ ਫਿਰ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੀ
ਜਿਹੜਾ ਸਹਾਰਾ ਲਿਆ ਗਿਆ, ਲੋਕਾਂ ਦਾ ਸਹਾਰਾ ਲਿਆ ਗਿਆ ਅਤੇ ਇਸ ਅੱਗ 'ਤੇ ਕੰਟਰੋਲ ਕੀਤਾ ਗਿਆ। ਤਸਵੀਰਾਂ ਤੁਸੀਂ ਉਹ ਬੇਖੌਫ ਤਸਵੀਰਾਂ ਦੇ ਸਕਦੇ ਹੋ ਜੋ ਇਸ ਘਰ ਦਾ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ। ਤਸਵੀਰਾਂ ਤੁਸੀਂ ਸਾਫ ਦੇ ਸਕਦੇ ਹੋ, ਮੰਜਿਆਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ। ਇਸ ਸਾਈਡ ਬਰਾਂਡਾ ਸੀਗਾ ਜੋ ਇਸ ਅੱਗ ਦੀ ਲਪੇਟ ਦੇ ਵਿੱਚ ਆਇਆ, ਉਸਦਾ ਕੋਈ ਵੀ ਜਿਹੜਾ ਇੱਕ ਬਾਲੇ ਤੱਕ ਦਾ ਜਿਹੜਾ ਨਾਮੋ ਨਿਸ਼ਾਨ ਨਹੀਂ ਬੱਚਿਆ, ਸਾਰਾ ਹੀ ਸਾਰਾ ਸੜ ਕੇ ਸਵਾਹ ਹੋ ਗਿਆ। ਤਸਵੀਰਾਂ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਹਰੇਕ ਤਰ੍ਹਾਂ ਦਾ ਜਿਹੜਾ ਨੁਕਸਾਨ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਘਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਵਸਤੂਆਂ ਹਨ ਜੋ ਇਸ ਅੱਗ ਦੀ ਲਪੇਟ ਦੇ ਵਿੱਚ ਆ ਗਈਆਂ। ਕੁਝ ਅਜਿਹਾ ਜਾਨੀ ਨੁਕਸਾਨ ਵੀ ਹੋਇਆ, ਕੁਛ ਇਸ ਪਰਿਵਾਰ ਨੇ ਕੁਛ ਰਾਖਵੇਂ ਜਿਹੜਾ ਕਿਹਾ ਜਾ ਸਕਦਾ ਹੈ ਮੁਰਗੇ ਰੱਖੇ ਹੋਏ ਸਨ, ਉਹਨਾਂ ਦਾ ਭਾਰੀ ਨੁਕਸਾਨ ਹੋਇਆ। ਉਹ ਤਸਵੀਰਾਂ ਬੇਸ਼ੱਕ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕੈਮਰੇ ਦੇ ਵਿੱਚ, ਪਰ ਉਹ ਵੀ ਨੁਕਸਾਨ ਹੋਇਆ। ਕੁਛ ਪਸ਼ੂਆਂ ਨੂੰ ਜਿਹੜਾ ਬਚਾਇਆ ਗਿਆ ਹੈ, ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਪਸ਼ੂਆਂ ਨੂੰ ਜਿਹੜਾ ਉਸ ਅੱਗ ਦੇ ਦੌਰਾਨ ਬਚਾ ਲਿਆ ਗਿਆ, ਕਿਉਂਕਿ ਤਸਵੀਰਾਂ ਤੁਹਾਡੇ ਨਾਲ ਇੱਕ ਘਰ ਦੀਆਂ ਸਾਂਝੀਆਂ ਨਹੀਂ ਕਰ ਰਹੇ, ਤਕਰੀਬਨ ਇਸ ਪਿੰਡ ਦੇ ਅੱਧੇ ਇਲਾਕੇ ਦੇ ਵਿੱਚ ਅੱਧੇ ਦਰਜਨ ਤੋਂ ਵੱਧ ਜਿਹੜੇ ਘਰ ਹੈਗੇ ਨੇ ਇਸ ਅੱਗ ਦੀ ਲਪੇਟ ਦੇ ਵਿੱਚ ਆਏ ਨੇ। ਇਹ ਜਿਹੜਾ ਇਹਨਾਂ ਦਾ ਦੁੱਖ ਹੈਗਾ ਜ਼ਰੂਰ ਸਾਂਝਾ ਕਰਾਂਗੇ, ਇਸ ਪਰਿਵਾਰ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰੀ, ਕਿੰਨੇ ਵਜੇ ਦਾ ਸਮਾਂ ਸੀਗਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਜਾਣਾ, ਕਿਉਂਕਿ ਪਰਿਵਾਰ ਨੋਰਮਲ ਪਰਿਵਾਰ ਹੈਗਾ। ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਘਰ ਦੀਆਂ, ਕਿ ਕੋਈ ਘਰ ਜਿਹੜਾ ਲਾਈਨ ਲਾਈਟ ਨਹੀਂ ਹੈਗਾ, ਸਿਰਫ ਅਤੇ ਸਿਰਫ ਇੱਕ ਨੋਰਮਲ ਪਰਿਵਾਰ ਨਾਲ ਸੰਬੰਧਿਤ ਹੈਗਾ, ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈਗਾ। ਤੁਸੀਂ ਸਹਿਯੋਗ ਕਰਨਾ ਹੈ, ਵੱਧ ਤੋਂ ਵੱਧ ਉਹਨਾਂ ਸਮਾਜ ਸੇਵੀ ਸੰਸਥਾਵਾਂ ਤੱਕ ਇਸ ਵੀਡੀਓ ਨੂੰ ਪਹੁੰਚਾਉਣਾ ਜੋ ਇਸ ਪਰਿਵਾਰ ਦਾ ਵੱਧ ਤੋਂ ਵੱਧ ਸਹਿਯੋਗ ਕਰ ਸਕਣ। ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਸਾਂਝੀਆਂ ਕਰ ਦਿੰਦੇ ਹਾਂ ਅਤੇ ਉਸ ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਇਸ ਸਾਰੇ ਹਾਲਾਤ ਬਾਰੇ ਜਾਣਕਾਰੀ ਦੇਣਗੇ। ਨਾਮ ਕੀ ਆਪਣਾ ਜੀ? ਮੇਰਾ ਅਮਰਜੀਤ ਸਿੰਘ। ਅੱਛਾ ਜੀ, ਜਿਹੜਾ ਨੁਕਸਾਨ ਹੋਇਆ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ, ਰਾਤ ਕਿੰਨੇ ਵਜੇ ਦਾ ਸਮਾਂ ਸੀਗਾ ਜਦੋਂ? ਰਾਤ 9-10 ਵਜੇ ਦਾ ਟਾਈਮ ਸੀ। ਅੱਛਾ ਜੀ। ਇੱਧਰੋਂ ਅੱਗ ਉੱਠੀ ਇੱਕਦਮ। ਅੱਛਾ ਜੀ। ਅਤੇ ਅਸੀਂ ਘਰੋਂ ਵੇਖਣ ਡੇ ਹਾਂ ਅਤੇ ਇੱਕਦਮ ਲਾਟਾਂ ਨਿਕਲੀਆਂ ਤਾਂ ਅਸੀਂ ਚਾਰਾ ਮਾਰਿਆ ਉਹ ਭੱਜ ਆਉਣ ਦਾ। ਅੱਛਾ ਜੀ। ਅਤੇ ਨੇਰ ਝੱਖੜ ਜ਼ਿਆਦਾ ਕਰਕੇ ਆਉਣ ਕੇ ਸਾਡੀ ਹਿੰਮਤ ਨਹੀਂ ਪੈਂਦੀ ਆਉਣ ਦੀ। ਅੱਛਾ ਜੀ। ਫਿਰ ਵੀ ਅਸੀਂ ਬੜੀ ਕੋਸ਼ਿਸ਼ ਕਰਕੇ ਆਏ ਹਾਂ, ਆ ਕੇ ਪਾਣੀ ਪੂਣੀ ਪਾਇਆ, ਅੱਗ ਬੁਝਾਈ ਬੜੀ, ਫਿਰ ਸਾਥੋਂ ਅੱਗ ਬੇਕਾਬੂ ਹੋ ਰਹੀ ਹੈ। ਅੱਛਾ ਜੀ। ਸਾਡੀ ਵਾਹ ਨਹੀਂ ਗਈ। ਠੀਕ ਹੈ। ਹਾਂਜੀ। ਕਿੰਨਾ ਕੁ ਨੁਕਸਾਨ ਹੋਇਆ ਜਿਹੜਾ ਅੰਦਾਜ਼? ਨੁਕਸਾਨ ਹੋ ਗਿਆ ਸਾਰਾ, ਜੋ ਮੰਜਾ ਜੋ ਘਰ ਦਾਣੇ ਦੁਣੇ ਸਾਰੇ ਖਰਾਬ ਹੋ ਗਏ, ਸੜ ਗਏ। ਅੱਛਾ ਜੀ। ਹਾਂਜੀ। ਜੋ ਤਸਵੀਰਾਂ ਦੇ ਵਿੱਚ ਸਾਫ ਦਿਖਾਈ ਦੇ ਰਿਹਾ, ਪਰ ਜਿਹੜਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ? ਜਾਨੀ ਨੁਕਸਾਨ ਤੋਂ ਬਚਾਅ ਗਿਆ, ਉਹ ਤਗੜਿਆਂ ਹੋ ਕੇ ਬਚਾਏ ਆ, ਉਹ ਵੀ ਅਸੀਂ ਆ ਕੇ ਮੌਕੇ 'ਤੇ ਬਚਾਏ ਆ। ਅੱਛਾ। ਹਾਂਜੀ। ਇਹ ਕੁਛ ਰਾਖਵੇਂ ਮੁਰਗੇ ਰੱਖੇ ਹੋਏ ਸੀ, ਉਹਨਾਂ ਦਾ ਨੁਕਸਾਨ? ਹਾਂ, ਉਹ ਮਰ ਗਏ, ਉਹ ਵਿਚਾਰੇ ਸੜ ਗਏ ਵਿੱਚੇ ਹੀ। ਅੱਛਾ ਜੀ। ਹਾਂਜੀ। ਹੋਰ ਘਰ ਦੀਆਂ ਕਿਹੜੀਆਂ ਜ਼ਰੂਰੀ ਵਸਤੂਆਂ ਇਸ ਜਿਹਨਾਂ ਦਾ ਨੁਕਸਾਨ ਹੋਇਆ ਜੀ? ਹੁਣ ਤਾਂ ਦੱਸ ਨਹੀਂ ਸਕਦੇ, ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਸੜ ਗਈਆਂ, ਕਹਿ ਨਹੀਂ ਸਕਦੇ ਕੁਝ। ਅੱਛਾ ਜੀ। ਹਾਂਜੀ। ਠੀਕ ਹੈ। ਹੋਰ ਜਿਹੜਾ ਜਦੋਂ ਕਿਹਾ ਜਾ ਸਕਦਾ ਕਿ ਉਸ ਸਮੇਂ ਜਿਹੜਾ ਕਾਫੀ ਵੱਡੇ ਪੱਧਰ 'ਤੇ ਝੱਖੜ ਸੀਗਾ, ਹਨੇਰ ਸੀਗਾ, ਉਹਦੇ ਵਿੱਚ ਜਿਹੜਾ ਬੜਾ ਮੁਸ਼ਕਲ ਨਾਲ ਜਿਹੜਾ ਜਿਹੜਾ ਇਸ ਅੱਗ 'ਤੇ ਕੰਟਰੋਲ ਕੀਤਾ ਗਿਆ, ਤੁਸੀਂ ਕਿਸ ਤਰ੍ਹਾਂ ਦਾ, ਕਿਉਂਕਿ ਲਾਈਟ ਵੀ ਉਸ ਸਮੇਂ ਨਹੀਂ ਸੀ ਕਿ ਕੱਟ ਲੱਗ ਗਿਆ? ਨਾ, ਆਪਦੀ ਆਉਣ ਦੀ ਕੋਸ਼ਿਸ਼, ਮਾਂ ਤਕੜੇ ਹੋ ਕੇ ਆਏ ਹਾਂ, ਬੜੀ ਬਹੁਤ ਜ਼ਿਆਦਾ ਮਿਹਨਤ ਨਾਲ ਕੰਮ ਕਰਨਾ ਪਿਆ ਤੁਹਾਨੂੰ। ਅੱਛਾ ਜੀ। ਹਾਂਜੀ। ਠੀਕ ਹੈ। ਅਤੇ ਸਾਡੇ ਨਾਲ ਹੀ ਇੱਕ ਪਰਿਵਾਰ ਹੈਗਾ ਜੋ ਨਾਲ ਕਿ ਉਹ ਇਸ ਸਮੇਂ ਮੌਜੂਦ ਸੀਗੇ, ਲੋਕਾਂ ਨੇ ਆਸ ਪਾਸ ਦੇ ਲੋਕਾਂ ਨੇ ਇੱਥੇ ਆ ਕੇ ਮੌਕਾ ਸਾਂਭਿਆ, ਮੌਕੇ 'ਤੇ ਆ ਕੇ ਅੱਗ ਮਝਾਉਣ ਦੀ ਕੋਸ਼ਿਸ਼ ਕੀਤੀ। ਭਾਜੀ, ਉਸ ਸਮੇਂ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਜਦੋਂ ਇੱਥੇ ਅੱਗ ਲੱਗੀ? ਬਹੁਤ ਭਿਆਨਕ ਸੀ ਵੀਰ। ਅੱਛਾ ਜੀ। ਅੱਗ ਦੇ ਕੰਟਰੋਲ ਪਾਉਣਾ ਔਖਾ ਸੀ। ਅੱਛਾ ਜੀ। ਆਹ ਵੇਖ ਲਓ, ਗਰੀਬ ਪਰਿਵਾਰ, ਸਾਨੂੰ ਵੇਖ ਕੇ ਰੋਣਾ ਆਉਂਦਾ। ਬਿਲਕੁਲ ਜੀ। ਦੋ ਬੱਚੇ, ਕਣਕ ਵੀ ਸੜ ਗਈ ਇਹਦੀ। ਅੱਛਾ, ਖਾਣ ਵਾਲੀ ਕਣਕ ਦਾ ਵੀ ਨੁਕਸਾਨ ਹੋ ਗਿਆ? ਉਹ ਵੇਖ ਨਹੀਂ ਦੇ ਤੁਸੀਂ? ਹਾਂਜੀ ਹਾਂਜੀ। ਭਾਂਡੇ ਵੀ ਇੱਥੇ ਰਸੋਈ ਦਾ ਸਾਰਾ ਰਸੋਈ ਸੀਗੀ। ਬਿਲਕੁਲ ਜੀ। ਜੋ ਵੀ ਹੈਗਾ ਸਭ ਦੇ ਤੱਕ ਸੜ ਗਿਆ ਇਹਨਾਂ ਦਾ। ਕਹਿੰਦੇ ਨੇ ਕਿ ਅੱਜ ਦੇ ਇਸ ਹਾਲਾਤਾਂ ਦੇ ਵਿੱਚ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਉਹਨੂੰ ਸੂਈ ਜਿੰਨਾ ਵੀ ਸਮਾਨ ਜੋੜਨਾ ਬੜਾ ਔਖਾ ਹੁੰਦਾ, ਇਹ ਤਾਂ ਬਿਲਕੁਲ ਸਾਰਾ ਦਾ ਸਾਰਾ ਘਰ ਹੀ ਜਿਹੜਾ ਇਸ ਲਪੇਟ। ਸੰਸਥਾ ਨੂੰ ਕਰਦਾ ਬੇਨਤੀ ਵੀਰ। ਅੱਛਾ ਜੀ। ਇਹਨਾਂ ਦਾ ਵੱਧ ਤੋਂ ਵੱਧ ਖਿਆਲ ਰੱਖਿਆ ਜਾਵੇ, ਜੋ ਵੀ ਸਹਿਯੋਗ ਕਰ ਸਕਦੇ, ਰੁਪਈਆ ਰੁਪਈਆ ਜੋੜ ਕੇ ਸਭ ਕੁਛ ਹੋ ਜਾਂਦਾ। ਬਿਲਕੁਲ ਜੀ, ਬਿਲਕੁਲ। ਇਹ ਭੈਣ ਜੀ ਨੂੰ ਬੇਨਤੀ ਕਰਾਂਗੇ, ਕਿਉਂਕਿ ਇਸ ਪਰਿਵਾਰ ਦਾ ਵੀ ਕਾਫੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ, ਨਾਲ ਹੀ ਬਿਲਕੁਲ ਘਰ ਹੈਗਾ, ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭੈਣ ਜੀ, ਕੀ ਨਾਮ ਕੀ ਆਪਣਾ ਜੀ? ਮੇਰਾ ਨਾਂ ਕਮਲਜੀਤ ਕੌਰ। ਅੱਛਾ ਜੀ। ਕਿਹੜਾ ਪਿੰਡ, ਕਿਹੜਾ ਆਪਣਾ ਜੀ?
ਟੈਲੀਗ੍ਰਾਮ। ਅੱਛਾ, ਕੀ ਨੁਕਸਾਨ ਕੀ ਹੋਇਆ, ਕਿਉਂਕਿ ਅੱਗ ਕਾਫੀ ਵੱਡੇ ਪੱਧਰ ਤੇ ਸੀਗੀ, ਕੰਟਰੋਲੋਂ ਬਾਹਰ ਸੀਗੀ, ਆਪਣੇ ਘਰ ਦਾ ਵੀ ਨੁਕਸਾਨ ਹੋਇਆ, ਕੀ ਹੋਇਆ ਜੀ? ਨਹੀਂ ਵੀਰ ਜੀ, ਮੈਂ ਨਾ ਕਿਰਾਏ ਤੇ ਰਹਿੰਦੀ ਪਈ ਆ। ਅੱਛਾ ਜੀ। ਪਾਣੀ ਆਇਆ ਸੀ, ਸਾਰਾ ਕੁਝ ਡਿੱਗ ਪਿਆ। ਅੱਛਾ ਜੀ। ਤੇ ਪਾਣੀ ਦੇ ਵਿੱਚ ਤਾਂ ਕਰਕੇ ਫਿਰ ਕਿਰਾਏ ਤੇ ਰਹਿਣ ਲੱਗ ਪਏ ਆ। ਅੱਛਾ ਜੀ। ਤੇ ਸਾਡਾ ਬੋਰ ਰਾਤੀ ਸਾਰਾ ਸੜ ਗਿਆ। ਅੱਛਾ ਜੀ। ਹਾਂਜੀ, ਤਾਂ ਕਰਕੇ ਇਹ ਮੋਟਰ ਵਿੱਚ ਡਿੱਗ ਗਈ, ਰਬੜ ਦੇ ਪੈਪਾਂ ਡਿੱਗ ਪਈ, ਸਾਰਾ ਕੁਝ ਡਿੱਗਾ ਹੋਇਆ। ਕਿਰਾਏ ਤੇ ਰਹਿੰਦੇ ਆ, 3,000 ਰੁਪਇਆ ਕਿਰਾਇਆ ਤਾਰਦੇ ਆ। ਅੱਛਾ ਜੀ। ਦਿਹਾੜੀਦਾਰਾਂ ਤੋਂ ਨਹੀਂ ਛੇਤੀ ਤਾਰਿਆ ਜਾਂਦਾ। ਅੱਛਾ ਜੀ। ਤਾਂ ਕਰਕੇ ਛੋਟੇ ਛੋਟੇ ਬੱਚੇ ਆ, ਸਰਕਾਰੀ ਸਕੂਲ ਪ੍ਰਾਈਵੇਟ ਜੁਜੇ ਪੜ੍ਹਦੇ ਆ, ਹੋਸਟਲ 'ਚ। ਹਾਂਜੀ ਠੀਕ ਹੈ। ਕਿਹੜੀ ਜਗ੍ਹਾ ਰਹਿ ਰਹੇ ਕਿਰਾਏ ਤੇ? ਮੱਲਾ ਵਾਲਾ। ਅੱਛਾ ਜੀ। ਹਾਂਜੀ ਠੀਕ ਹੈ। ਸਮਾਜ ਸੇਵੀ ਸੰਸਥਾਵਾਂ ਨੂੰ ਕੀ ਬੇਨਤੀ ਕਰਦੇ ਜੀ? ਅਸੀਂ ਇਹ ਕਰਦੇ ਵੀ ਸਾਡੀ ਕੋਈ ਹੈਲਪ ਕਰਨ। ਅੱਛਾ ਜੀ। ਹਾਂਜੀ। ਘਰ ਤੋਂ ਵੀ ਬੇਘਰ ਹੋਏ ਹੋ? ਹਾਂਜੀ। ਜਿਹੜਾ ਘਰ ਹੈਗਾ ਮਾੜਾ ਮੋਟਾ, ਜਿਹੜਾ ਕੁਛ ਸੀਗਾ, ਉਹ ਵੀ ਪਾਣੀ ਦੀ ਲਪੇਟ ਦੇ ਵਿੱਚ ਕਿਹਾ ਜਾ, ਕੁਛ ਡਿੱਗ ਪਿਆ। ਕਿਰਾਏ ਤੇ ਰਹਿੰਦੇ ਚੀਜ਼ਾਂ ਰੁੜ ਗਈਆਂ, ਡੰਗਰ ਵੀ ਮਰ ਗਏ ਸਾਡੇ। ਅੱਛਾ। ਹਾਂਜੀ, ਕੋਠਾ ਡਿੱਗਾ ਵੇਖ ਲਓ। ਹਾਂਜੀ ਹਾਂਜੀ, ਅੰਦਰੋਂ ਵੀ ਸਾਰਾ ਡਿੱਗਾ ਹੋਇਆ। ਤਾਂ ਕਰਕੇ ਸਾਡੀ ਹੈਲਪ ਕੀਤੀ ਜਾਵੇ ਕੋਈ ਨਾ ਕੋਈ। ਅੱਛਾ ਜੀ। ਹਾਂਜੀ, ਅਸੀਂ ਇਹੋ ਮੰਗ ਮੰਗਦੇ, ਹੋਰ ਕੁਛ ਨਹੀਂ ਮੰਗਦੇ। ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਉਹ ਇਹ ਉਹ ਇਲਾਕਾ ਹੈਗਾ ਜਿੱਥੇ ਹੜ੍ਹ ਨੇ ਵੱਡੇ ਪੱਧਰ 'ਤੇ ਮਾਰ ਕੀਤੀ ਸੀ। ਅਸੀਂ ਇਸ ਸਮੇਂ ਹੜ੍ਹ ਪੀੜਤ ਇਲਾਕੇ ਦੇ ਵਿੱਚ ਮੌਜੂਦ ਹਾਂ, ਕਿਉਂਕਿ ਇਸ ਇਲਾਕੇ ਦੇ ਵਿੱਚ ਅੱਜ ਤੋਂ 6 ਮਹੀਨੇ ਪਹਿਲਾਂ ਵੱਡੇ ਪੱਧਰ 'ਤੇ ਹੜ੍ਹ ਆਏ ਸਨ। ਹੜ੍ਹਾਂ ਨੇ ਵੀ ਬੜੇ ਵੱਡੇ ਪੱਧਰ ਤੋਂ ਨੁਕਸਾਨ ਕੀਤਾ ਸੀ, ਪਰ ਅੱਜ ਫਿਰ ਉਹ ਇਲਾਕਾ ਅੱਜ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਹੈ। ਅੱਗ 'ਤੇ ਜਿਹੜਾ ਬੇਕਾਬੂ ਅੱਗ ਹੋ ਕੇ ਇਹਨਾਂ ਘਰਾਂ ਦਾ ਨੁਕਸਾਨ ਕਰਦੀ ਹੈ, ਅਤੇ ਬੜੇ ਵੱਡੇ ਪੱਧਰ 'ਤੇ ਇਹਨਾਂ ਘਰਾਂ ਦਾ ਨੁਕਸਾਨ ਹੁੰਦਾ। ਜੋ ਤਸਵੀਰਾਂ ਸਾਫ਼ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ, ਅਤੇ ਇਹਨਾਂ ਲੋਕਾਂ ਨੇ ਵੀ ਆਪਣਾ ਦਰਦ ਬਿਆਨ ਕੀਤਾ ਹੈ। ਉਮੀਦ ਹੈ ਕਿ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋਗੇ, ਅਤੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੋਗੇ ਕਿ ਪਰਮਾਤਮਾ ਇਹਨਾਂ ਪਰਿਵਾਰਾਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੇ। ਸੋ ਵੱਧ ਤੋਂ ਵੱਧ ਵੀਡੀਓ ਜ਼ਰੂਰ ਸ਼ੇਅਰ ਕਰਨਾ, ਹੋਰ ਪਰਿਵਾਰਾਂ ਦਾ ਵੀ ਜਿਹੜਾ ਦੁੱਖ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਹੋਰ ਪਰਿਵਾਰਾਂ ਨਾਲ ਵੀ ਗੱਲਬਾਤ ਕਰਦੇ ਹਾਂ, ਕਿਉਂਕਿ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਭਾਰੀ ਨੁਕਸਾਨ ਹੋਇਆ ਹੈ, ਉਹ ਭਾਰੀ ਨੁਕਸਾਨ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੇ ਹਾਂ।